ਨਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਹਾਲ ਹੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਹੈ ਔਰ ਇਸ ਵੀਡੀਓ ਨੂੰ ਉਹਨਾਂ ਦੇ ਚਾਹਣ ਵਾਲਿਆਂ ਵੱਲੋਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਅਜਿਹਾ ਕੀ ਹੈ ਉਸ ਵੀਡੀਓ ਦੇ ਵਿੱਚ ਤੁਸੀਂ ਵੀ ਵੇਖੋ ਕਿ ਕਿਸ ਤਰੀਕੇ ਦੇ ਨਾਲ ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਹ ਵੀਡੀਓ ਸਾਂਝੀ ਕੀਤੀ ਹੈ ਇਸ ਵੀਡੀਓ ਦੇ ਵਿੱਚ ਗੁਰੂ ਰੰਧਾਵਾ ਦੇ ਨਾਲ ਪੰਜਾਬੀ 뮤직 ਇੰਡਸਟਰੀ ਦੇ ਪੁਰਾਣੇ ਖੁੰਡ ਬੱਬੂ ਮਾਨ ਤੁਹਾਨੂੰ ਵੇਖਣ ਨੂੰ ਮਿਲਣਗੇ ਜੀ ਹਾਂ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਗੁਰੂ ਰੰਧਾਵਾ ਤੇ ਬੱਬੂ ਮਾਨ ਇੱਕੋ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਦਾ ਮਤਲਬ ਕੀ ਹੈ ਕਿ ਗੁਰੂ ਰੰਧਾਵਾ ਤੇ ਬੱਬੂ ਮਾਨ ਦਾ ਨਵਾਂ ਗੀਤ ਜਲਦ ਹੀ ਤੁਹਾਨੂੰ ਸਭ ਨੂੰ ਸੁਣਨ ਨੂੰ ਮਿਲੇਗਾ ਤੇ ਵੀਡੀਓ ਦੇ ਥੱਲੇ ਇੱਕ ਕੈਪਸ਼ਨ ਜਿਹੜੀ ਗੁਰੂ ਰੰਧਾਵਾ ਨੇ ਦਿੱਤੀ ਹੈ ਉਹ ਵੀ ਤੁਹਾਨੂੰ ਦੱਸਿਆ ਗੁਰੂ ਰੰਧਾਵਾ ਨੇ ਇਹ ਵੀਡੀਓ ਪੋਸਟ ਕੀਤੀ ਹੈ ਅਤੇ ਲਿਖਦੇ ਨੇ ਸ਼ੇਅਰਿੰਗ ਸਕਰੀਨ ਵਿਦ ਮਾਈ ਆਈਡੀਅਲ ਐਂਡ ਚਾਈਲਡਹੁੱਡ ਹੀਰੋ ਮਾਈ ਭਾਜੀ ਬੱਬੂ ਮਾਨ ਸੌਂਗ ਆਊਟ ਸੂਨ ਗੁਰੂ ਰੰਧਾਵਾ ਨੇ ਇਹ ਪੋਸਟ ਸਾਂਝੀ ਕੀਤੀ ਹੈ ਤੇ ਥੱਲੇ ਲਿਖਿਆ ਕਿ ਆਪਣੇ ਬਚਪਨ ਦੇ ਆਈਡਲ ਦੇ ਨਾਲ ਉਹ ਪਹਿਲੀ ਵਾਰ ਇੱਕ ਗੀਤ ਕਰ ਰਹੇ ਨੇ ਔਰ ਜਲਦ ਹੀ ਇਹ ਗੀਤ ਸਾਰਿਆਂ ਦੇ ਰੂਬਰੂ ਕੀਤਾ ਜਾਏਗਾ ਅਜਿਹਾ ਪਹਿਲੀ ਵਾਰ ਹੋ ਰਿਹਾ ਕਿ ਗੁਰੂ ਰੰਧਾਵਾ ਤੇ ਬੱਬੂ ਮਾਨ ਕਿਉਂਕਿ ਗੁਰੂ ਰੰਧਾਵਾ ਅੱਜ ਦੇ ਗਾਇਕ ਨੇ ਔਰ ਬੱਬੂ ਮਾਨ ਬਹੁਤ ਪੁਰਾਣੇ ਗਾਇਕ ਨੇ ਔਰ ਉਹਨਾਂ ਦੀ ਗਾਇਕੀ ਵੀ ਸਭ ਨੇ ਸੁਣੀ ਹੈ ਈਵਨ ਗੁਰੂ ਰੰਧਾਵਾ ਨੂੰ ਵੀ ਬਹੁਤ ਪਿਆਰ ਮਿਲਿਆ ਇੰਡਸਟਰੀ 'ਚ ਪਰ ਅਜਿਹਾ ਪਹਿਲੀ ਵਾਰ ਹੋ ਰਿਹਾ ਕਿ ਗੁਰੂ ਰੰਧਾਵਾ ਤੇ ਬੱਬੂ ਮਾਨ ਪਹਿਲੀ ਵਾਰ ਇਕੱਠੇ ਨਜ਼ਰ ਆ ਰਹੇ ਨੇ ਕੀ ਲੱਗਦਾ ਤੁਹਾਨੂੰ ਕਿ ਕਿਹੋ ਜਿਹਾ ਗੀਤ ਹੋਏਗਾ ਕਿਉਂਕਿ ਬੱਬੂ ਮਾਨ ਦੀ ਗਾਇਕੀ ਵੀ ਤੁਸੀਂ ਸੁਣੀ ਹੈ ਔਰ ਗੁਰੂ ਰੰਧਾਵਾ ਦੀ ਗਾਇਕੀ ਵੀ ਤੁਸੀਂ ਸੁਣੀ ਹੈ ਗੁਰੂ ਰੰਧਾਵਾ ਇੱਥੇ ਤੱਕ ਕਿ ਬਾਲੀਵੁੱਡ ਦੇ ਵਿੱਚ ਵੀ ਬਹੁਤ ਸਾਰੇ ਗੀਤ ਉਹਨਾਂ ਨੇ ਦਿੱਤੇ ਨੇ ਔਰ ਕੀ ਲੱਗਦਾ ਕਿ ਇਸ ਵਾਰ ਕਿਹੋ ਜਿਹਾ ਗੀਤ ਸਾਹਮਣੇ ਸੁਣਨ ਨੂੰ ਮਿਲੇਗਾ ਕਿਹੋ ਜੀ ਆਉਟਪੁੱਟ ਆਏਗੀ ਕਿਉਂਕਿ ਗੁਰੂ ਰੰਧਾਵਾ ਤੇ ਬੱਬੂ ਮਾਨ ਪਹਿਲੀ ਵਾਰ ਔਨ ਸਕਰੀਨ ਤੁਹਾਨੂੰ ਵੇਖਣ ਨੂੰ ਮਿਲਣਗੇ ਇੱਕ ਵੱਖਰਾ ਮਿਕਸਚਰ ਇਸ ਗੀਤ ਦਾ ਸਾਨੂੰ ਸੁਣਨ ਨੂੰ ਮਿਲੇਗਾ ਉਡੀਕ ਰਹੇਗੀ ਇਸ ਗੀਤ ਦੀ ਔਰ ਤੁਹਾਨੂੰ ਕਿੰਨੀ ਕੁ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਇਸ ਗੀਤ ਦਾ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਣਾ ਔਰ ਤੁਸੀਂ ਸਭ ਤੋਂ ਜ਼ਿਆਦਾ ਕਿਸ ਦੇ ਫੈਨ ਹੋ ਉਹ ਵੀ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਣਾ ਬੱਬੂ ਮਾਨ ਜਾਂ ਗੁਰੂ ਰੰਧਾਵਾ ਮੈਨੂੰ ਲੱਗਦਾ ਕਿ ਦੋਨਾਂ ਨੂੰ ਸਭ ਨੇ ਜ਼ਰੂਰ ਸੁਣਿਆ ਹੋਣਾ ਪਰ ਫਿਰ ਵੀ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਣਾ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ